ਸਟੂਡੀਓ ਸੇ 21 ਕੀਤੇ ਹਨ ਜਨਾਬ ਹਿਕਤਾ ਸਨ ਉਹਨੂੰ ਆਪਣੇ ਪ੍ਰੋਗਰਾਮ ਬਸਤੀ ਜੋ ਕਿ ਤਕਸਾਂ ਖੈਰ ਨਾਲ ਆਜੋ ਜੀ ਆਇਆਂ ਨੂੰ ਖੁਸ਼ ਆਮਦੀਦ ਵੈਲਕਮ ਪਰ ਖੈਰ ਅਗਲੇ ਅਹਲਨ ਵਰ ਸਾਹਨ ਅਲੀ ਕਰ ਆਇਓ ਤੇ ਸਤ ਬਿਸਮਿਲਲਾ ਮੇਰਾ ਸੋਹਣਾ ਸਾਈਂ ਔਰ ਨਾਲ ਨਾਲ ਅਸਾਂ ਤੁਹਾਨੂੰ ਦੱਸਦੇ ਵਿਆਂ ਬਈ ਜਨਾਬ ਅੱਜ ਸਾਰੇ ਸਟੂਡੈਂਟ ਵਿੱਚ ਸਾਰੇ ਨਾਲ ਮਹਿਮਾਨ ਹਨ ਤੇ ਹਨ ਭਲਾ ਕੌਣ ਜੀ ਮੇਰਾ ਸੋਹਣਾ ਸਾਰੇ ਨਾਲ ਹਨ ਜ਼ੀਸ਼ਾਨ ਖਾਨ ਰੋਖੜੀ ਨੌਜਵਾਨ ਗੁਲੂਕਾਰ ਨੌਜਵਾਨ ਸਟਾਰ ਇਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਇਹਨਾਂ ਕੋਲ ਲਾਈਵ ਗੀਤ ਵੀ ਸੁਣਦੇ ਪਏ ਹਾਂ ਔਰ ਜਨਾਬ ਅਸਾਂ ਜਾਣਦੇ ਪਏ ਹਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜੇ ਕੁਛ ਤੁਸੀਂ ਜਾਣਨਾ ਚਾਹੁੰਦੇ ਹੋ ਔਰ ਜਨਾਬ ਤੁਸੀਂ ਵੀ ਇਹਨਾਂ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਕੋਈ ਵੀ ਗੱਲਬਾਤ ਦੱਸ ਸਕਦੇ ਹੋ ਔਰ ਅਗਰ ਕੁਝ ਪੁੱਛੋ ਜਾਂ ਕੁਝ ਨਵੀਂ ਦੱਸੋ ਤਾਂ ਜਨਾਬ ਇਹਨਾਂ ਨੂੰ ਵੈਲਕਮ ਜ਼ਰੂਰ ਆਖੋ ਤਾਂ ਕਿ ਜ਼ੀਸ਼ਾਨ ਖਾਨ ਨੂੰ ਪਤਾ ਲੱਗੇ ਕਿ ਖੁਸ਼ਾਬ ਵਾਲੇ ਕਿੰਨਾ ਪਿਆਰ ਕਰਦੇ ਹਨ ਸਾਨੂੰ ਤਾਂ ਪਤਾ ਹੈ ਨਾ ਜ਼ੀਸ਼ਾਨ ਖਾਨ ਨੂੰ ਹਾਲੇ ਕੋਈ ਨਹੀਂ ਪਤਾ ਇਹਨਾਂ ਨੇ ਅਸਾਂ ਅੱਜ ਮੌਕਾ ਦਿੱਤਾ ਹੈ ਵੀ ਤੁਸੀਂ ਖੁਸ਼ਾਬ ਵਾਲਾਂ ਦਾ ਔਰ ਇਸ ਗਵਾਂਢ ਗਵਾਂਢ ਰਹਿਣ ਵਾਲਾਂ ਦਾ ਪਿਆਰ ਜ਼ਰਾ ਚੈੱਕ ਕਰੋ ਕਿ ਕਿਤਨੀ ਮੁਹੱਬਤ ਦਿੰਦੇ ਹਨ ਕਿਤਨਾ ਪ੍ਰੋਟੋਕੋਲ ਦਿੰਦੇ ਹਨ ਔਰ ਕਿਤਨਾ ਖੈਰ ਮਕਦਮ ਕਰਦੇ ਹਨ ਔਰ ਮਹਿਮਾਨਾਂ ਨੂੰ ਕਿੰਨੀ ਅੱਸੇ ਰੱਖੀਆਂ 'ਤੇ ਬੁਲਾਉਂਦੇ ਹਨ ਜੇ ਮੇਰਾ ਸੋਹਣਾ ਮੋਬਾਈਲ ਨੂੰ ਜੇ ਬੀ ਜੂ ਕਰਨਾ ਹੈ KBR ਲਿਖਣਾ ਹੈ ਥੋੜ੍ਹੀ ਜਿਹੀ ਜਾਂਚ ਛੋੜਨੀ ਹੈ ਆਪਣਾ ਨਾਂ ਜਗਨਾ ਜ਼ੀਸ਼ਾਨ ਖਾਨ ਨੂੰ ਵੈਲਕਮ ਜ਼ਰੂਰ ਰੱਖਣਾ ਹੈ ਔਰ ਅਗਰ ਤੁਸੀਂ ਜ਼ੀਸ਼ਾਨ ਖਾਨ ਤੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਕੋਸ਼ਿਸ਼ ਕਰਸਾਂ ਕਿ ਅਸੀਂ ਉਸਦਾ ਜਵਾਬ ਜ਼ੀਸ਼ਾਨ ਖਾਨ ਤੋਂ ਗਿਣ ਕੇ ਤੁਹਾਨੂੰ ਦੱਸਾਂ ਲਾਈਵ ਔਰ ਜਨਾਬ ਤੁਸੀਂ ਉਸਨੂੰ ਭੇਜ ਛੋੜਨਾ ਹੈ 88 81 888 888 ਔਰ ਜਨਾਬ ਅਗਰ ਕੁਝ ਦੋਸਤਾਂ ਦੇ SMS ਸ਼ਾਮਿਲ ਨਾ ਕਰ ਸਕਾਂ ਉਹਨਾਂ ਦੇ ਨਾਂ ਨਾ ਚਾਹ ਸਕਾਂ ਕਿਉਂਕਿ ਅੱਜ ਅਸਾਂ ਖੁਸ਼ੀ ਤੋਂ ਬੜੇ ਹੀ ਜੇ ਰਹਿਣਾ ਸਾਨੂੰ ਹੱਥ ਪੈਰ ਕੋਈ ਬੈਠੇ ਨਾ ਸਭ ਜ਼ਿਆਦਾ ਖੁਸ਼ ਬੈਠੇ ਹਾਂ ਇਤਨੀ ਖੂਬਸੂਰਤ ਸ਼ਖਸੀਅਤ ਸਾਡੇ ਸਾਹਮਣੇ ਹਨ ਔਰ ਜਨਾਬ ਸਾਡਾ ਜਿਹੜਾ ਸਟੂਡੀਓ ਹੋਏ ਖੂਬਸੂਰਤ ਗੁਬਾਰਾ ਨਾਲ ਖੂਬਸੂਰਤ ਪੈਨਾ ਫਲੈਕਸਿਸ ਨਾਲ ਔਰ ਖੂਬਸੂਰਤ ਸ਼ਖਸੀਅਤ ਦੇ ਨਾਲ ਮਹਿਕਦਾ ਪਿਆ ਹੈ ਔਰ ਤੁਹਾਡੇ ਸਵਾਲ ਜਿਹੜੇ ਉਸਨੂੰ ਕੋਸ਼ਿਸ਼ ਕਰ ਸਕਾਂ ਕਿ ਜ਼ੀਸ਼ਾਨ ਖਾਨ ਤੱਕ ਜ਼ਰੂਰ ਆਪਣਾ ਔਰ ਜ਼ੀਸ਼ਾਨ ਖਾਨ ਰੋਖੜੀ ਤੋਂ ਉਸਦਾ ਜਵਾਬ ਜ਼ਰੂਰ ਗਿਣਾ ਅਗਰ ਨਾ ਗਿਣ ਸਕੇ ਤਾਂ ਵੀ ਖੈਰ ਗਿਣ ਗਿਣਾ ਤਾਂ ਵੀ ਖੈਰ ਸ਼ਿਰਕਤ ਜ਼ਰੂਰ ਕਰਨੀ ਹੈ ਮੇਰਾ ਸੋਹਣਾ ਜੀ ਜ਼ੀਸ਼ਾਨ ਖਾਨ ਰੋਖੜੀ ਇੱਕ ਦਫ਼ਾ ਬਾਅਦ ਤੁਹਾਨੂੰ ਅਕਸਰ ਜਨਾਬ ਖੁਸ਼ ਆਮਦੀਦ ਵੈਲਕਮ ਪਰ ਖੈਰ ਆ ਗਿਆ ਅਹਲਨ ਵਾ ਸਹਲਨ ਭਲੀ ਕਰ ਆਇਓ ਸਤ ਬਿਸਮਿਲਲਾ ਮੇਰਾ ਚਨਾ ਜੀ ਜ਼ੀਸ਼ਾਨ ਖਾਨ ਗੱਲਾਂ ਬਾਤਾਂ ਸਾਡੇ ਕੋਲ ਬਹੁਤ ਸਾਰੀਆਂ ਹਨ ਮੈਸੇਜ ਵੀ ਬੜੇ ਆਏ ਪਏ ਹਨ ਜਨਾਬ ਔਰ ਜਿਹੜਾ ਮੈਸੇਜ ਦੇਦੇ ਹਾਂ ਚਾਹਦੇ ਹਾਂ ਇਹ ਬਹੁਤ ਜ਼ਰੂਰੀ ਹੈ ਤੀ ਇਹ ਬਹੁਤ ਜ਼ਰੂਰੀ ਹੈ ਲੇਕਿਨ ਸਾਡੇ ਅੰਦਰ ਆਪਣੇ ਦਿਲ ਜਿਹੜੀਆਂ ਗੱਲਾਂ ਹਨ ਉਹ ਵੀ ਅਸਾਂ ਪੁੱਛਣਾ ਚਾਹੁੰਦੇ ਹਾਂ ਕਿ ਜਨਾਬ ਅਸਾਂ ਵੀ ਪੁੱਛ ਕੇ ਨਾ ਕਿਉਂਕਿ ਮੈਂ ਵੀ ਤਾਂ ਤੁਹਾਡਾ ਫੈਨ ਹਾਂ ਜਿਹਨੇ ਹੋਰ ਸਭ ਹੁਣ ਵੀ ਤੁਹਾਡੇ ਫੈਨ ਹੈ ਅਤੇ ਇਸ ਗੱਲ ਨੂੰ ਕੋਸ਼ਿਸ਼ ਕਰਦੇ ਹਾਂ ਵੀ ਅਸਾਂ ਦਰਿਆ ਨੂੰ ਖੂਹ 'ਚ ਬੰਦ ਕਰਾਂ ਅਤੇ ਬਹੁਤ ਸਾਰੇ ਜਿਹੜੇ ਹਨ ਸਵਾਲ ਉਹਨਾਂ ਨੂੰ ਛਾਣਾ ਲਾ ਕੇ ਛਾਣ ਕੇ ਜਿਹੜੇ ਤਾਰ ਬੰਦਾਂ ਨੂੰ ਸਵਾਲ ਮੋਟੇ ਮੋਟੇ ਉਹ ਤੁਹਾਡੇ ਤੋਂ ਕਰਾਂ ਸ਼ਾਦੀ ਦੇ ਬਾਰੇ ਕੋਈ ਪ੍ਰੋਗਰਾਮ ਹੈ ਜਾਂ ਕੌਣ ਆ ਜ਼ਰੂਰ ਜੀ ਜ਼ਰੂਰ ਇਨਸ਼ਾਅੱਲਾ ਅੱਛਾ ਤੇ ਕੋਈ ਹਾਲੇ ਨਹੀਂ ਮਤਲਬ ਥੋੜ੍ਹਾ ਟਾਈਮ ਹੈ ਜੀ 4-5 ਸਾਲ ਕਾਫੀ ਹੈ 4-5 ਸਾਲ ਨਹੀਂ ਹਾਲੇ ਤੁਹਾਡੀ ਸੱਸ ਨਹੀਂ ਜੰਮੀ ਜਾਂ ਘਰ ਵਾਲੀ ਨਹੀਂ ਜਾਂ ਕੋਈ ਪਤਾ ਕੋਈ ਨਹੀਂ ਫਿਲਹਾਲ ਅੱਛਾ ਤੇ ਇਹਨੇ ਕੋਈ ਕਿਥਾਂ ਹੀ ਪੇਚਾ ਸ਼ੇਚਾ ਪਾਇਆ ਹੋਇਆ ਹੋਵੇ ਜਾਂ ਕਿਥਾਂ ਹੀ ਦਿਲ ਹੋਵੇ ਤੇ ਬੰਦਾ ਡਰਦਾ ਹੋਵੇ ਬਈ ਸ਼ਬੌਲੇ ਖਾਨ ਰੋਖੜੀ ਨੂੰ ਆਖਣ ਤੂੰ ਜਾ ਐਸਾ ਚਾਹ ਦਿਆਂ ਮੇਰੇ ਭਾਈ ਅਗਰ ਤੂੰ ਐਸੀ ਗੱਲ ਕਹੇ ਤਾਂ ਅੱਲਾ ਲਿਓ ਕਿਹੜੇ ਪਾਸੇ ਤੁਰ ਪਏ ਉਸ ਮੈਂ ਆਖਾਂ ਵੀ ਪੁੱਛ ਕੇ ਨਾ ਕਿਹੜਾ ਪਤਾ ਸਾਡੀ ਇਮਦਾਦ ਦੀ ਲੋੜ ਹੋਵੇ ਜ਼ੀਸ਼ਾਨ ਖਾਨ ਨੂੰ ਇਹਨੇ ਲੋੜ ਹੋਈ ਤਾਂ ਲਾਜ਼ਮੀ ਤੁਹਾਨੂੰ ਅਕਸਾਂ ਅੱਛਾ ਬਾਕੀ ਗੱਲ ਚਲੋ ਠੀਕ ਹੈ ਅੱਛਾ ਯਾਨੀ ਹਰ ਬੰਦੇ ਦੀ ਜ਼ੀਸ਼ਾਨ ਖਾਨ ਇੱਕ ਨਾ ਆਈਡੀਅਲ ਹੁੰਦਾ ਹੈ ਕੋਈ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਜਨਾਬ ਮੇਰਾ ਜਿਹੜਾ ਜ਼ਿੰਦਗੀ ਦਾ ਹਮ ਸਫ਼ਰ ਹੈ ਉਹ ਇਸ ਨਹੀਂ ਆਉਣਾ ਚਾਹੀਦਾ ਉਹ ਹੀ ਨਹੀਂ ਆਉਣਾ ਚਾਹੀਦਾ ਉਹ ਥੋੜ੍ਹਾ ਜਿਹਾ ਸਕੈਚ ਬਣਾ ਜਾਏ ਤੁਸੀਂ ਵੀ ਲਾਜ਼ਮੀ ਕਦੇ ਬਣਾ ਜਾਓ ਉਸਨੇ ਇਤਨੇ ਵੱਡੇ ਸਟਾਰ ਹੋ ਗੁਲੂਕਾਰ ਹੋ ਆਵਾਮ ਤੁਹਾਨੂੰ ਚਾਹੁੰਦੀ ਹੈ ਕੀ ਸਕੈਚ ਹੈ ਤੁਹਾਡਾ ਕਿਸ ਕਿਸਮ ਦਾ ਇੱਕ ਸ਼ਰੀਕ ਹਯਾਤ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਾਲ ਜਨਾਬ ਉੱਚੀ ਹੋਵੇ ਲੰਬੀ ਹੋਵੇ ਮੋਟੀ ਹੋਵੇ ਕਾਲੀ ਹੋਵੇ ਪੜ੍ਹੀ ਲਿਖੀ ਹੋਵੇ ਅਨਪੜ੍ਹ ਹੋਵੇ ਕਿਸ ਕਿਸਮ ਦੀ ਲੜਕੀ ਚਾਹੁੰਦੇ ਹੋ ਨਹੀਂ ਜਿੰਨੀ ਮੈਂ ਹਾਂ ਔਰਤ ਹੋਵੇ ਤਾਂ ਬਈ ਦੁੱਕਰ ਠੀਕ ਹੈ ਉਸ ਤੋਂ ਇਲਾਵਾ ਬਸ ਸਭ ਤੋਂ ਬਿਹਤਰ ਜਿਹੜਾ ਮੈਨੂੰ ਲੱਗਦਾ ਮੈਂ ਇੱਦਾਂ ਇੱਜ਼ਤ ਇਹਤਰਾਮ ਉਸ ਵਿੱਚ ਹੋਣਾ ਚਾਹੀਦਾ ਆਪਣੇ ਸਾਰੇ ਘਰ ਦਾ ਵੀ ਆਪਣੇ ਘਰ ਦਾ ਵੀ ਔਰ ਮਾਸ਼ਾਅੱਲਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਉਹਨੇ ਜ਼ਿੰਦਗੀ ਨੂੰ ਗੁਜ਼ਾਰੀ ਨਹੀਂ ਹੋਣੀ ਇਨਸਾਨ ਤਾਂ ਇਨਸ਼ਾਅੱਲਾ ਬਿਹਤਰ ਫੈਸਲਾ ਹੀ ਉਸੇ ਕਰੇ ਯਾਨੀ ਪੜ੍ਹੇ ਲਿਖੇ ਲੋਕਾਂ ਵਾਸਤੇ ਕੋਈ ਐਡਰੈਸ ਦਿਵਾਉਣ ਚ ਕੋਈ ਐਪਲੀਕੇਸ਼ਨ ਦੇ ਸਕਦੇ ਨਹੀਂ ਐਡਰੈਸ ਦਾ ਪਤਾ ਨਹੀਂ ਮੈਂ ਤਾਂ ਅੱਛਾ ਹਾਂ ਹਾਂ ਮਤਲਬ ਤਕਰੀਬਨ ਪਤਾ ਹੋ ਸਕਦਾ ਚਲੋ ਠੀਕ ਹੈ ਯਾਨੀ ਤੁਸੀਂ ਚਾਹੁੰਦੇ ਹੋ ਵੀ ਇੱਕ ਸੁਘੜ ਜਿਹੀ ਘਰੇਲੂ ਜਿਹੀ ਘਰੇਲੂ ਜਿਹੀ ਪੜ੍ਹੇ ਲਿਖੀ ਔਰ ਸਾਡੇ ਰਵਾਇਤ ਨਾਲ ਜੁੜੀ ਹੋਈ ਬਿਲਕੁਲ ਬਿਲਕੁਲ ਜਿਸ ਨੂੰ ਸਾਡੇ ਤਮਾਮ ਕਲਚਰ ਦਾ ਪਤਾ ਹੋਵੇ ਔਰ ਜਨਾਬ ਉਸ ਨੂੰ ਪਤਾ ਹੋਵੇ ਕਿ ਸਾਡੇ ਸਾਰੇ ਸਿਸਟਮ ਦਾ ਬਿਲਕੁਲ 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 ਅੱਛਾ ਜ਼ੀਸ਼ਾਨ ਖਾਨ ਚੂੰਕਿ ਮੀਆਂ ਵਾਲੀ ਦੀ ਨਿਆਜ਼ੀ ਫੈਮਿਲੀ ਨਾਲ ਤਾਲੁਕ ਰੱਖੇਂਦੇ ਹੋ ਜ਼ਾਹਿਰੀ ਗੱਲ ਹੈ ਠੀਕ ਹੈ
ਔਰ ਪਛਾਣ ਵੀ ਮਾਸ਼ਾਅੱਲਾ ਹੋਣੇ ਅਸੀਂ ਫੈਮਿਲੀ ਨਾਲ ਸਾਰਾ ਬੈਕਗਰਾਊਂਡ ਅਤੇ ਕਲਚਰ ਜੇ ਰਹੇ ਮਕਸਦ ਦੇ ਚਾਚੇ ਮਾਮੇ ਕਹਿਣਾ ਖੇੜ ਵੰਜਣਾ ਅਤੇ ਪੂਰਾ ਟੱਬਰ ਉੱਠੀ ਕੇ ਲੱਗੇ ਵੰਜਣਾ ਇਹ ਬੜਾ ਉਪਰ ਜਿਹਾ ਸਵਾਲ ਹੈ ਲੇਕਿਨ ਮੈਂ ਕਰਨਾ ਇਸ ਗੱਲ ਚਾਹੁੰਦਾ ਹਾਂ ਵੀ ਬੜਾ ਹੀ ਦਿਲਚਸਪੀ ਹੈ ਸ਼ਾਇਦ ਤੁਸੀਂ ਇਸਦਾ ਜਵਾਬ ਦਿਓ ਜਾਂ ਇਸ ਤੱਕ ਕਿੱਦਾਂ ਹੀ ਕਹਿਣ ਨਾਲ ਇਹ ਨਿਕਲਣਾ ਇੰਝ ਰੋਲਾ ਰੱਪਾ ਹੀ ਕੀਤਾ ਬਈਆ ਮੈਂ ਨਿਆਜ਼ੀ ਹਾਂ ਅਤੇ ਤੇਰੀ ਐਸੀ ਦੀ ਤੈਸੀ ਅਤੇ ਮੈਂ ਆ ਗਿਆ ਅਤੇ ਖਬਰਦਾਰ ਅਤੇ ਹਟ ਜਾਓ ਅਤੇ ਹੁੰਦਾ ਨਾ ਕਿ ਸੰਗੀ ਸਾਥੀ ਦਾ ਰੋਲ ਆਉਂਦੇ ਬੰਦਾ ਨਾਲ ਜਨਾਬ ਬਾਹੀਆਂ ਟੂੰਗ ਕੇ ਮੰਝ ਖਲਾਉਂਦੇ ਮੁੱਛਣ 'ਤੇ ਤੇਲ ਲਾ ਕੇ ਕਹਿੰ ਚਾਚੇ ਮਾਮੇ ਦੋਂਦੇ ਤਾਂ ਬੰਦਾ ਜਨਾਬ ਘਰੋਂ ਕੁਛ ਅਮੁਕ ਸਮੁਕ ਬੰਨ ਕੇ ਮੰਝ ਵੜਦੇ ਤਾਂ ਬੰਦਾ ਦੇ ਚਾਚਾ ਟੈਨਸ਼ਨ ਨਹੀਂ ਲੈਣੀ ਮੈਂ ਆ ਗਿਆ ਮੈਂ ਆ ਗਿਆ ਅਸਲ ਤਾਂ ਸਵਾਲ ਤਾਂ ਰਹੇ ਹੀ ਬਿਹਤਰ ਕਿਉਂਕਿ ਮੀਆਂ ਵਾਲੀ ਦੇ ਸਾਰੇ ਜਿਹੜੇ ਨਿਆਜ਼ੀ ਫੈਮਿਲੀ ਸਾਰੇ ਜਿੱਥੇ ਵੀ ਜਾਂਦੇ ਆਵਾਮ ਹੈ ਇਹ ਮਾਹੌਲ ਤਾਂ ਤੁਹਾਨੂੰ ਆਪਣੇ ਬਤਰ ਰਿਹਾ ਹੈ ਔਰ ਹੁਣ ਕੰਮ ਥੀ ਥੋੜ੍ਹਾ ਪੜ੍ਹਾਈ ਦੀ ਵਜ੍ਹਾ ਤੋਂ ਲੋਕ ਮਾਸ਼ਾਅੱਲਾ ਸ਼ਊਰ ਬਹੁਤ ਜ਼ਿਆਦਾ ਆ ਗਏ ਟੈਕਨੋਲੋਜੀ ਦੀ ਵਜ੍ਹਾ ਤੋਂ ਵੀ ਅਤੇ ਉਸ ਤੋਂ ਇਲਾਵਾ ਪਹਿਲੇ ਬਚਪਨ 'ਚ ਮਤਲਬ ਇਹ ਬੇਵਕੂਫੀ ਇਸ ਨੂੰ ਅਸੀਂ ਆਖ ਸਕਦੇ ਹਾਂ ਬਈ ਮਤਲਬ ਲੜਾਈ ਝਗੜਾ ਜ਼ਿਆਦਾ ਹੱਕ ਤੇ ਹੋਵੇ ਤਾਂ ਵੱਧ ਤਾਂ ਖੈਰ ਹੋਣੀ ਹੈ ਕਈ ਦਫ਼ਾ ਅਸਾਂ ਸਾਰੇ ਮਸਲਾ ਨਹੀਂ ਕਰਦਾ ਨਾ ਹੱਕ ਹੀ ਬਣ ਕੇ ਨਾ ਜ਼ਿਆਦਾ ਮਸਲੇ ਬਣਾ ਦਿੰਦੇ ਅਤੇ ਲੇਕਿਨ ਹੁਣ ਮੈਂ ਤਾਂ ਹੁਣ ਮੀਆਂ ਲਈ ਕੁਝ ਬਿਹਤਰ ਹੋ ਗਏ ਕੰਮ ਸ਼ੋਰ ਆਏ ਮਾਸ਼ਾਅੱਲਾ ਲੜਕੇ ਪੜ੍ਹ ਰਹੇ ਹਨ ਸਾਰੇ ਬਹੁਤ ਤਾਲੀਮ ਆਮ ਹੋ ਗਈ ਜਾਂ ਅੱਛਾ ਜ਼ੀਸ਼ਾਨ ਖਾਨ ਅਗਰ ਹੁੰਦਾ ਹੈ ਇਨਸਾਨ ਦੇਖੋ ਮੁਤਮੈਨ ਕੋਈ ਵੀ ਕਹਿ ਸਟੇਜ 'ਤੇ ਬਣ ਕੇ ਬਹੁਤ ਘੱਟ ਲੋਕ ਹੋਣ ਜਿਹੜੇ ਆਪਣੀ ਜ਼ਿੰਦਗੀ ਤੋਂ ਜਾਂ ਕਹਿ ਮਕਾਮ ਤੋਂ ਮੁਤਮੈਨ ਹੁੰਦੇ ਹਨ ਅਗਰ ਜ਼ੀਸ਼ਾਨ ਖਾਨ ਰੋਖੜੀ ਸਿੰਗਰ ਨਾ ਹੋਵੇ ਆ ਕੇਸ਼ੇ ਹੋਵੇ ਆ ਹਾਂ ਅਗਰ ਮੈਂ ਸਿੰਗਰ ਨਾ ਹੋਵਾਂ ਤਾਂ ਮੈਂ ਇਸਦਾ ਜ਼ਿਆਦਾ ਤਰਜੀਹ ਮੈਂ ਇਸਦਾ ਕਾਰੋਬਾਰੀ ਜਾਂ ਬਿਜ਼ਨਸ ਦੇ ਕੋਈ ਚੱਕਰ ਦੇ ਰਹੇ ਹਨ ਨਾ ਮੇਰੇ ਮੈਂ ਉਸਦੇ ਜ਼ਿਆਦਾ ਮਤਲਬ ਇਨਵੋਲਵ ਹੋਵਾਂ ਯਾਨੀ ਬਿਜ਼ਨਸਮੈਨ ਹੋ ਬਿਜ਼ਨਸਮੈਨ ਕੋਈ ਡਾਕਟਰੀ ਵਾਲੇ ਪਾਸੇ ਕੋਈ ਇੰਜੀਨੀਅਰਿੰਗ ਤੁਹਾਨੂੰ ਪੜ੍ਹਾਈ ਦੇ ਬਾਰੇ ਤਾਂ ਮੈਂ ਮੇਰੇ ਖਿਆਲ ਦੱਸ ਗਿਆ ਹਾਂ ਬਈ ਅਸਾਂ ਮਾਸ਼ਾਅੱਲਾ ਜਿਹਨੇ ਪੜ੍ਹਿਆ ਜਿਹਨੇ ਲਾਇਕ ਉਤਨਾ ਤਾਂ ਅਸਾਂ ਡਾਕਟਰੀ ਤਾਂ ਸਾਰੇ ਵਾਸਤੇ ਬੜੀ ਮੁਸ਼ਕਿਲ ਆਈ ਹੈ ਲੇਕਿਨ ਇਹ ਹੈ ਕਿ ਸ਼ਾਇਦ ਤਵੱਜੋ ਜ਼ਰਾ ਦੇ ਵੇ ਨੇ ਤਾਂ ਹੋ ਸਕਦਾ ਹੈ ਲੇਕਿਨ ਜ਼ਿਆਦਾ ਬਿਜ਼ਨਸ ਦੇ ਜ਼ਿਆਦਾ ਰੁਝਾਨ ਹੋ ਗਿਆ ਹੁਣ ਤਾਂ ਉਸ ਵਾਰ ਟਾਈਮ ਨਾ ਮਿਲਾ ਕਿਉਂਕਿ ਆਪਣੇ ਮਿਊਜ਼ਿਕ ਦੀ ਵਜ੍ਹਾ ਤੋਂ ਹਰ ਜਗ੍ਹਾ ਜਾਣਾ ਉਹਨੇ ਇਨਸ਼ਾਅੱਲਾ ਇਹ ਵੀ ਸਹੀ ਇਸ ਦੇ ਨਾਲ ਨਾਲ ਜ਼ਰੂਰ ਇੱਕ ਅੱਛੇ ਜਿਹੇ ਕਾਰੋਬਾਰ ਇਨਸ਼ਾਅੱਲਾ ਅੱਛਾ ਜ਼ੀਸ਼ਾਨ ਖਾਨ ਰਾਗ ਕਿਹੜਾ ਜ਼ਿਆਦਾ ਪਸੰਦ ਕਰਦੇ ਹੋ ਨਾਗਨ ਮੌਸੀਕੀ ਨੂੰ ਗਿਣ ਕੇ ਚਿੰਤਾਣਾ ਕਿਉਂਕਿ ਬਹੁਤ ਸਾਰੇ ਰਾਗ ਹਨ ਉਸ ਵਿੱਚੋਂ ਇੱਕ ਹੁੰਦੇ ਪਸੰਦੀਦਾ ਰਾਗ ਕਿ ਮੈਂ ਇਸ ਰਾਗ ਵਿੱਚ ਗਾਉਣਾ ਪਸੰਦ ਕਰਦਾ ਹਾਂ ਕਿਹੜਾ ਰਾਗ ਜ਼ਿਆਦਾ ਸਰ ਸਾਡਾ ਜਿਹੜਾ ਅਸਾਂ ਜ਼ਿਆਦਾ ਗਾਇਆ ਨਾ ਮੀਆਂ ਵਾਲੀ ਦੇ ਰੁਝਾਨ ਦੇਖੋ ਤਾਂ ਉਸੇ ਜ਼ਿਆਦਾ ਬਹਿਰਵੀ ਗਾਈ ਗਈ ਹੈ ਦਰਬਾਰੀ ਗਾਈ ਗਈ ਹੈ ਉਸ ਤੋਂ ਇਲਾਵਾ ਭੀਮ ਹੈ ਭੀਮ ਦਰਬਾਰੀ ਮਿਕਸ ਗਈ ਗਈ ਹੈ ਉਸ ਤੋਂ ਇਲਾਵਾ ਰਾਗ ਅਹਿਮਨ ਚਾਰ ਪੰਜ ਛੇ ਕੁਝ ਐਸੇ ਰਾਗ ਹਨ ਜਿਹੜਾ ਤਕਰੀਬਨ ਜ਼ਿਆਦਾ ਗਾਏ ਗਏ ਨੇ ਜ਼ਿਆਦਾ ਉੱਤੇ ਸਾਰਾ ਰੁਝਾਨ ਇਨ੍ਹੀਂ ਆ ਰਾਗਾਂ ਦੇ ਬਹਿਰਵੀ ਤੋਂ ਸਾਂ ਮੈਂ ਜ਼ਿਆਦਾ ਹੁਣ ਬਹਿਰਵੀ ਸਾਂ ਜ਼ਿਆਦਾ ਪਰਫੋਰਮ ਮੇਰੇ ਹਿੱਟ ਹੋਣ ਗਾਣੇ ਬਹਿਰਵੀ ਦੇ ਭੀਮ ਦਰਬਾਰੀ ਦੀ ਮਾਸ਼ਾਅੱਲਾ ਹਿੱਟ ਹੋਣ ਦਰਬਾਰੀ ਅੱਛਾ ਰਾਗ ਮਾਸ਼ਾਅੱਲਾ ਬਹੁਤ ਪਿਆਰਾ ਰਾਗ ਹੈ ਲੇਕਿਨ ਇਹ ਹੈ ਕਿ ਰਾਹ ਹੈ ਸਾਡਾ ਬਹਿਰਵੀ ਕਿਉਂਕਿ ਰੋਹੀ ਮੈਂ ਇਸੇ ਚੁਗਾਇਆ ਅੱਜ ਪਤਾ ਲੱਗਦਾ ਹੈ ਕੌਣ ਨਿਭਾਉਂਦਾ ਯਾਰੀ ਮੁਖਤਲਿਫ ਹੋਰ ਵੀ ਇਸ ਸੌਂਗ ਜਿਹੜੇ ਔਰ ਜ਼ਿਆਦਾ ਤਕਰੀਬਨ ਹਿੱਟ ਬਹਿਰਵੀ ਹੋਈ ਹੈ ਤਾਂ ਬਹਿਰਵੀ ਨੂੰ ਕਿਹਦਾ ਜ਼ਿਆਦਾ ਜ਼ਿਆਦਾ ਪਸੰਦ ਕਰਦੇ ਮਿਊਜ਼ੀਕਲ ਇੰਸਟਰੂਮੈਂਟਸ ਬਹੁਤ ਸਾਰੇ ਹੁੰਦੇ ਹਨ ਮੈਂ ਤੁਸੀਂ ਮਾਸ਼ਾਅੱਲਾ ਬੜਾ ਅੱਛਾ ਹਾਰਮੋਨੀਅਮ ਪਲੇ ਕਰਦੇ ਹੋ ਕੀਬੋਰਡ ਹੁੰਦਾ ਹੈ ਵੰਜਲੀ ਹੁੰਦੀ ਹੈ ਉਸ ਤੋਂ ਬਾਅਦ ਜਨਾਬ ਬਾਂਸਰੀ ਹੈ ਤਬਲਾ ਹੈ ਢੋਲੋਕ ਹੈ ਕਿਤੇ ਹਾਂ ਥੇ ਹੈ ਵੀ ਯਾਰ ਉਹ ਬਾਂਸਰੀ ਮੈਨੂੰ ਡੇਵੇਂ ਲੱਗਦਾ ਦੇਖ ਮੈਂ ਕੋਈ ਬਾਂਸਰੀ ਵਜਾਵਾਂ ਜਾਂ ਉਹ ਢੋਲੋਕ ਵਜਾਵਾਂ ਜਾਂ ਤਬਲਾ ਵਜਾਵਾਂ ਹਾਰਮੋਨੀਅਮ ਤੋਂ ਹਟ ਕੇ ਜਾਂ ਕੀਬੋਰਡ ਵਜਾਵਾਂ ਜਾਂ ਨਹੀਂ ਬੋਰਡ ਫਾਰ ਇੱਕ ਬਾਹ ਕੇ ਬੰਦਾ ਆਦਾ ਯਾਰ ਮੈਨੂੰ ਇਸ ਤਰ੍ਹਾਂ ਜਾਂ ਇੱਕ ਖਾਹਿਸ਼ ਹੋਵੇ ਇੱਕ ਸ਼ੌਕ ਹੋਵੇ ਉਸ ਵਜਾਉਣ ਦਾ ਬਿਲਕੁਲ 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 ਰਹੇ ਹਾਰਮੋਨੀਅਮ ਤਾਂ ਕਿਉਂਕਿ ਪ੍ਰੈਕਟਿਸ ਨਾਲ ਕਰਨ ਅਸੀਂ ਜ਼ਰੂਰੀ ਆਈ ਉਹ ਕਹਿੰਦੇ ਰਹੇ ਹਾਂ ਜ਼ਿਆਦਾ ਮੈਂ ਕੀਬੋਰਡ ਨੇ ਤਵੱਜੋ ਦਿੱਤੀ ਆਪਣਾ ਮੈਂ ਕੀਬੋਰਡ ਰੱਖਾ ਹੋਇਆ ਮੇਰੇ ਕੋਲ ਤਬਲਾ ਮੌਜੂਦ ਹੈ ਢੋਲਕ ਮੌਜੂਦ ਹੈ ਘਰ ਮੈਂ ਹਾਈ ਲੇਕਿਨ ਇੱਕ ਵਜ੍ਹਾ ਸਿਰਫ ਸ਼ੌਕ ਇਹਨਾਂ ਦਾ ਸਾਰ ਅੰਦਰ ਹੀ ਹੈ ਔਰ ਮੇਰੇ ਖਿਆਲ ਜੋ ਯਾਦ ਆਵੇ ਤਾਂ ਮੈਂ ਇੱਕ ਟੀਚਰ ਹਾਈ ਮੈਂ ਰੱਖਾ ਵੀ ਸਹੀ ਸੇ ਕੰਮ ਵਾਸਤੇ ਮੈਨੂੰ ਥੋੜ੍ਹਾ ਪ੍ਰੈਕਟਿਸ ਕਰਾਵਾਂਗਾ ਸਿਰਫ ਵਜ੍ਹਾ ਇੱਕ ਬਣੀ ਭਾਈ ਕਿ ਟਾਈਮ ਦੇ ਰਿਹਾ ਇਹਨਾਂ ਬਹੁਤ ਕੰਮ ਬਹੁਤ ਜ਼ਿਆਦਾ ਕਿਉਂਕਿ ਦੇਖੋ ਵੀ ਛੇ ਛੇ ਸੱਤ ਸੱਤ ਘੰਟੇ ਪਹਿਲੇ ਸਫ਼ਰ ਕਰੋ ਦੋ ਤਿੰਨ ਘੰਟੇ ਪਰਫੋਰਮ ਕਰਨਾ ਉਹਨਾਂ ਫਿਰ ਵਾਪਸੀ ਦਾ ਸਫ਼ਰ ਫਿਰ ਸੋਣਾ ਫਿਰ ਉੱਠਣਾ ਮਤਲਬ ਉਸ ਵਿੱਚ ਨਾ ਟਾਈਮ ਬੜਾ ਨਾ ਕੰਮ ਹੋ ਗਿਆ ਇਸ ਵਜ੍ਹਾ ਤੋਂ ਮੇਰੇ ਸਾਜ਼ ਜਿਤਨੇ ਹਨ ਉਹ ਮੇਰੇ ਅੱਜ ਤੱਕ ਸਾਹਮਣੇ ਪਏ ਉਹਨਾਂ ਨੇ ਮੇਰੇ ਇੱਧਰ ਆਉਣਾ ਵੀ ਯਾਰ ਕਿ ਨਹੀਂ ਮਤਲਬ ਵੀ ਹੋਵੇ ਤਾਂ ਕਰਾਂ ਇਹ ਫਿਲਹਾਲ ਟਾਈਮ ਕੋਈ ਨਹੀਂ ਲੇਕਿਨ ਸ਼ੌਕ ਹੈ ਜ਼ੀਸ਼ਾਨ ਖਾਨ ਮੇਰੇ ਖਿਆਲ ਹੈ ਕਿ ਜਿਹੜੀ ਰੂਟੀਨ ਦਾ ਮੈਨੂੰ ਪਤਾ ਹੈ ਕਿ 15-15 ਦਿਹਾੜੇ 20-20 ਦਿਹਾੜੇ 25-25 ਦਿਹਾੜੇ ਲਗਾਤਾਰ ਹਰ ਰੋਜ਼ ਯਾਨੀ ਡੇਲੀ ਬੇਸਿਸ 'ਤੇ ਪ੍ਰੋਗਰਾਮ ਹੋਣਾ ਥੱਕ ਨਹੀਂ ਵੇਂਦਾ ਬੰਦਾ ਕਿ ਉਕਤਾ ਨਹੀਂ ਵੇਂਦਾ ਕਿ ਯਾਰ ਕਿ ਮੈਂ ਅੱਜ ਮੈਂ ਮੁਲਤਾਨ ਪ੍ਰੋਗਰਾਮ ਕੀਤਾ ਹੈ ਕੱਲ੍ਹ ਮੈਂ ਬਹਾਵਲਪੁਰ ਕੀਤਾ ਹੈ ਪਰਸੋਂ ਮੈਂ ਪਿੰਡੀ ਕਰਨਾ ਹੈ ਵਤ ਮੈਂ ਲਾਹੌਰ ਕਰਨਾ ਹੈ ਵਤ ਮੈਂ ਯਾਨੀ ਇੱਕ ਇਸ ਇੱਕ ਰੂਟੀਨ ਲਾਈਫ ਤੋਂ ਬੰਦਾ ਥੋੜ੍ਹਾ ਜਿਹਾ ਯਾਰ ਸਰ ਤੁਹਾਡੀ ਗੱਲ ਠੀਕ ਹੈ ਕਈ ਦਫ਼ੇ ਇੰਝ ਹੋਣਾ ਕਿ ਜਿਹੜਾ ਮੁਲਤਾਨ ਪ੍ਰੋਗਰਾਮ ਸੋ ਵਾਪਸੀ ਵੱਲ ਕਸ਼ਮੀਰ ਜਾਣਾ ਹੈ ਉਹ ਤੁਹਾਨੂੰ ਪਤਾ ਸਫ਼ਰ ਦਾ ਅਗਰ ਉਹ ਤਾਂ ਬਹੁਤ ਜ਼ਿਆਦਾ ਸਫ਼ਰ ਬਣ ਗਿਆ ਲੇਕਿਨ ਜਿਹੜੀ ਸ਼ੋਜ਼ ਅਸਾਂ ਬੁੱਕ ਕੀਤੀ ਉਹਨਾਂ ਨੇ ਜਨਾਬ ਉਹ ਚੈਸ ਨੂੰ ਗੱਡੀ 'ਚ ਸਮਣਾ ਪਵੇ ਨਾ ਸਾਨੂੰ ਉੱਥੇ ਪਹੁੰਚਣਾ ਹੈ
ਕਿਉਂਕਿ ਉਹਨਾਂ ਦੀ ਅਗਰ ਇੱਜ਼ਤ ਬੇਸੀ ਤਾਂ ਉਹਨਾਂ ਦੀ ਮਾਮਲਾ ਆਉਣਾ ਹੈ ਕਿਉਂਕਿ ਆਵਾਮ ਉਹਨਾਂ ਦੀ ਆਏਗੀ ਉਹਨੂੰ ਤਾਂ ਬੰਦਾ ਇਸ ਟਾਈਮ ਬਣਾ ਦੇ ਕਿ ਨਹੀਂ ਪਹੁੰਚਣਾ ਲਾਜ਼ਮੀ ਤਾਂ ਉਹ ਜ਼ਰਾ ਲਾਜ਼ਮੀ ਉੱਥੇ ਵੜਨਾ ਪੈਣਾ ਜੀ ਹਾਂਜੀ ਥਕਾਵਟ ਹੈ ਤੁਹਾਨੂੰ ਆਪ ਨੂੰ ਪਤਾ ਹੈ ਸਫ਼ਰ ਵਾਲੀ ਥਕਾਵਟ ਹੈ ਫਿਰ ਪਰਫੋਰਮ ਹੀ ਕਰਨਾ ਅੱਛਾ ਜ਼ੀਸ਼ਾਨ ਖਾਨ ਸਾਨੂੰ ਮਕਸਦ ਹੈ ਵੈਸੇ ਤਾਂ ਬਹੁਤ ਸਾਰੇ ਨਾਂ ਅਤੇ ਮੈਸੇਜ ਵੀ ਆਏ ਪਏ ਹਨ ਲੇਕਿਨ ਇਹ ਜਿਹੜੇ ਸਪੈਸ਼ਲੀ ਸਾਰੇ ਦੋਸਤ ਤੁਹਾਨੂੰ ਵੈਲਕਮ ਆਤੇ ਪਏ ਹਨ ਜਨਾਬ ਔਰ ਇੱਥੇ ਮਲਕ ਸ਼ਹਿਰੋਜ਼ ਅਵਾਨ ਮਲਕਪੁਰਮ ਅਵਾਨ ਮਲਕ ਮੁਹੰਮਦ ਸ਼ਿਰਜੀਲ ਉਮੇਰ ਸ਼ਹਿਜ਼ਾਦ ਮੁਗਲ ਇਹਨਾਂ ਤੁਹਾਨੂੰ ਯਾਨੀ ਜ਼ੀਸ਼ਾਨ ਖਾਨ ਰੋਖਰੀ ਨੂੰ ਸਲਾਮ ਆਖਿਆ ਹੈ ਔਰ FM ਦੀ ਪੂਰੀ ਟੀਮ ਨੂੰ ਵੀ ਸਲਾਮ ਇਹਨਾਂ ਆਖਿਆ ਹੈ ਰਾਣਾ ਫਖਰ ਹਿੰਦ ਰਾਣਾ ਉਜ਼ੈਰ ਸ਼ਹਿਰੀ ਭੱਟ ਇਜਾਜ਼ ਅੰਸਾਰੀ ਜ਼ੈਨ ਹਕੀਮ ਸ਼ਰਜੀਲ ਖਾਨ ਹਾਜੀ ਜ਼ਾਹਿਦ ਖਾਨ ਰਾਣਾ ਕਦੀਰ ਹੈ ਜਨਾਬ ਤੁਹਾਨੂੰ ਖੁਸ਼ ਆਮਦੀਦ ਆਦੇ ਪਏ ਹਨ ਔਰ ਸ਼ਬਾਨ ਮਲਿਕ ਨਾੜੀ ਯਾਨੀ ਨਾੜੀ ਤੋਂ ਇਸ ਤੋਂ ਇਲਾਵਾ ਜਨਾਬ ਰਾਣਾ ਤਲਹਾ ਝੰਮਟ ਰਾਣਾ ਫਰੁਖ ਰਾਣਾ ਅਵੈਸ ਰਾਣਾ ਉਮੇਰ ਗੋਗੀ ਖਾਨ ਰਾਣਾ ਅਮੀਰ ਹਮਜ਼ਾ ਰਾਣਾ ਮਾਇਜ਼ ਰਾਣਾ ਅਲੀ ਰਾਣਾ ਹਮਾਸ ਅਤੇ ਰਾਣਾ ਅਮੀਰ ਮੁਆਵੀਆ ਇਹਨਾਂ ਤਮਾਮ ਦੋਸਤਾਂ ਦੀ ਤਰਫ ਜਨਾਬ ਜ਼ੀਸ਼ਾਨ ਖਾਨ ਰੋਖਰੀ ਨੂੰ ਵੈਲਕਮ ਆ ਕੇ ਔਰ ਇਹਨੇ ਸਮਝੋ ਵੀ ਇਹਨਾਂ ਫੁੱਲਾਂ ਦੇ ਹਾਰ ਜਨਾਬ ਆ ਕੇ ਤੁਹਾਨੂੰ ਥੈਂਕ ਯੂ ਸੋ ਮਚ ਜੀ ਇਹਨਾਂ ਸਾਰੇ ਗ੍ਰਾਹਕਾਂ ਦਾ ਸ਼ੁਕਰੀਆ ਥੈਂਕ ਯੂ ਸੋ ਮਚ ਜ਼ੀਸ਼ਾਨ ਖਾਨ ਖਾਣ 'ਚ ਕਿਹੜੀ ਡਿਸ਼ ਜ਼ਿਆਦਾ ਪਸੰਦ ਹੈ ਜਿਸ ਟਾਈਮ ਬੰਦੇ ਦਾ ਕਹਿ ਲੈ ਹਾਂ ਥੀਂਦਾ ਬੰਦਾ ਆਦੇ ਵੀ ਯਾਰ ਇਹ ਅੱਜ ਮੇਰੇ ਨਾਲ ਫਲਾਣੀ ਸ਼ਾਇ ਵਾਸਤੇ ਬੜਾ ਹਾਂ ਪੇ ਥੀਂਦਾ ਹੈ ਕੋਈ ਸਪੈਸ਼ਲ ਡਿਸ਼ ਹਰ ਕਹਿੰਦੀ ਪਸੰਦੀ ਤੁਹਾਨੂੰ ਕੋਈ ਦਾਲ ਪਸੰਦ ਕਰਿੰਦਾ ਕੋਈ ਟਮਾਟਰ ਦੀ ਚਟਣੀ ਪਸੰਦ ਕਰਿੰਦਾ ਹੈ ਕੋਈ ਪੱਲੀ ਵਾਲੀ ਚਟਣੀ ਪਸੰਦ ਕਰਿੰਦਾ ਹੈ ਤਾਂ ਮਕਸਦ ਤੁਹਾਡੀ ਕਿਹੜੀ ਜਿਹੜੀ ਬਿਲਕੁਲ ਬਿਲਾ ਝਿਜਕ ਦੱਸਣਾ ਹੈ ਕਹਿੰਦਾ ਬਿਲਾ ਝਿਜਕ ਤੁਹਾਨੂੰ ਦੱਸਿਆ ਸਮੇਂ ਮੈਂ ਜ਼ਿਆਦਾ ਸਾਰੀ ਇੱਕ ਕਿਆ ਸਾਇੰਸ ਨੂੰ ਆਪਣੇ ਇਲਾਕੇ ਦੀ ਇੱਕ ਸੌਗਾਤ ਜਿਹੜੀ ਕਟਵਾ ਸ਼ੌਕ ਹੈ ਇਸ ਇਲਾਕੇ ਦੇ ਵਿੱਚ ਉਸਨੂੰ ਕੁੰਨਾ ਆਖਿਆ ਵੈਂਦਾ ਹੈ ਖੁਸ਼ਾਬ ਵਿੱਚ ਕੁੰਨਾ ਮੈਂ ਅਗਰ ਭੁੱਲਦਾ ਨਾ ਪਿਆ ਤਾਂ ਕੁੰਨਾ ਕੁੰਨਾ ਆਖਿਆ ਵੈਂਦਾ ਅਸਾਂ ਕਟਵਾ ਆਦੇ ਹਾਂ ਕੁੰਨਾ ਆਦੇ ਨੂੰ ਮਿੱਟੀ ਦੇ ਬਰਤਨ ਹੁੰਦੇ ਹਨ ਬਿਲਕੁਲ ਉਸ ਇਲਾਵਾ ਦੇਸੀ ਮੁਰਗੀ ਦਾ ਹੈ ਕਿ ਮੰਦਾ ਸੋਬਤ ਟਾਈਪ ਜਾਂ ਕਿਸ ਕਿਸਮ ਦਾ ਮੈਂ ਆਦਾ ਕਿਆ ਬਾਤ ਹੈ ਜੀ ਇਹ ਤਾਂ ਮੇਰੇ ਮੂੰਹ 'ਚ ਹੀ ਪਾਣੀ ਜ਼ੀਸ਼ਾਨ ਖਾਨ ਰੋਖੜੀ ਆ ਗਿਆ ਮੈਂ ਸਵਾਲ ਕਰਨਾ ਨਹੀਂ ਵੈਸੇ ਹੁਣ ਮੈਨੂੰ ਬਾਸ ਨਹੀਂ ਦੱਸੀ ਨਾ ਮੈਂ ਕਹਿੰਦਾ ਚੋਣ ਮੋਟੇ ਜਵਾੜ ਕੇ ਪੁੱਛੇ ਖਾ ਕੇ ਨਾ ਬਹਰਾਲ ਜਨਾਬ ਅੱਛਾ ਯਾਨੀ ਤੁਹਾਡਾ ਇੱਕ ਦੇਸੀ ਮੁਰਗੀ ਦੇ ਜਿਹੜੀ ਇੱਕ ਅੱਖਾਂ 'ਚ ਚੂਰੀ ਕੋਟ ਸੋ ਜੀ ਚੂਰੀ ਸੋਬਤ ਅਸਾਂ ਹਾਂ ਡੇਰੇ ਸਾਈਡ ਫਿਰ ਚੋਸ ਨੂੰ ਸੋਬਤ ਆ ਕੇ ਸਾਰੇ ਲਾਗੇ ਚੂਰੀ ਅਸਾਂ ਆਪਣੀ ਜ਼ੁਬਾਨ ਵਿੱਚ ਕਾਮ ਵਿੱਚ ਚੂਰੀ ਆ ਕੇ ਨਾ ਯਾਨੀ ਕੁੰਨਾ ਤੁਹਾਨੂੰ ਪਸੰਦ ਹੈ ਕੁੰਨਾ ਯਾਨੀ ਕਿ ਥਾਈ ਅਗਰ ਤੁਹਾਡੀ ਕੋਈ ਦਾਵਤ ਅਗਰ ਕਰੇਂਦਾ ਵੀ ਹੈ ਤਾਂ ਕੁੰਨੇ ਦਾ ਬੰਦੋਬਸਤ ਜ਼ਰੂਰ ਔਰ ਜਿੱਥੇ ਵੈਨਾ ਜਿੱਥੇ ਵੈਨਾ ਸਾਤ ਤੱਕ ਪੁੱਜਣ ਸਾਰੇ ਜ਼ਿਆਦਾ ਫਰਮਾਈ ਅਕਸਰ ਔਕਾਤੇ ਹੁੰਦੀ ਹੈ ਵੀ ਅਸਾਂ ਅਗਰ ਇਹ ਈਜ਼ੀਲੀ ਅਗਰ ਅੱਛਾ ਦੇਸੀ ਕੁਕੜੀਆਂ ਚੋ ਜਿਹੜੀ ਕੁਕੜੀ ਬਾਂਗਾ ਨੇਂਦੀ ਵਧੀ ਹੋਵੇ ਉਸ ਦਾ ਪੱਕੀ ਹੋਈ ਚੰਗੀ ਲੱਗਦੀ ਹੈ ਜਿਹੜੀ ਆਂਡਾਂ ਤੇ ਆਈ ਵਧੀ ਹੋਵੇ ਉਹ ਜ਼ਿਆਦਾ ਮਜ਼ਾ ਕਰੇਂਦੀ ਹੈ ਅਸਲ ਸਾਨੂੰ ਜਿਹੜੀ ਮਿਲਦੀ ਉਸ ਟਾਈਮ ਜ਼ਿਬਤ ਥਈ ਹੋਈ ਨਹੀਂ ਪਤਾ ਨਹੀਂ ਹੋਣਾ ਬਈ ਕਿਸ ਮੈਂ ਕਿ ਬਈ ਵੀ ਹੋ ਸਕਦਾ ਉੱਪਰ ਵਾਲੀ ਤੇ ਇਸ ਤਰ੍ਹਾਂ ਹੋਵੇ ਅੱਛਾ ਇਹ ਗੱਲ ਤਾਂ ਠੀਕ ਹੋਈ ਜ਼ੀਸ਼ਾਨ ਖਾਨ ਮੈਨੂੰ ਜ਼ਾਤੀ ਤੌਰ ਤੇ ਨਾ ਮਰ ਵੀ ਸਾਈਂ ਤੁਹਾਡਾ ਇੱਕ ਗੀਤ ਹੈ ਅਗਰ ਮੇਰੀ ਫਰਮਾਇਸ਼ ਤੇ ਮੇਰੇ ਖਿਆਲ ਹੈ ਹਲਕੇ ਜਿਹੇ ਉਸਨੂੰ ਗੁਣਗੁਣਾ ਦੇ ਵਾਤ ਬਸ ਮੈਂ ਤਾਂ ਪੁੱਛਣੀ ਵੀ ਤੁਹਾਡੀ ਕਿਹੜੀ ਫਰਮਾਇਸ਼ ਹੈ ਤੁਸੀਂ ਸੁਣਦੇ ਹੋ ਕਿ ਨਹੀਂ ਤਾਂ ਪਤਾ ਲੱਗ ਜਾਏ ਅਕਸਰ ਮੇਰੇ ਸੁਣਨ ਵਾਲੇ ਜੇ ਰਹਿਣ ਵਾਦਨ ਵੀ ਲਾਲ ਬਤਨ ਦਿਲਾਂ ਦੇ ਹਾਲ ਕਿੰਨੇ ਜਾੜ ਕਿੰਨੇ ਹੈ ਕੇ ਸ਼ੇਲ ਮੈਂ ਦਿਲਾਂ ਚਰਾਂਦਾ ਹਾਂ ਜੀ ਲੋਕਾਂ ਬੜਾ ਇਸ ਨੂੰ ਪਸੰਦ ਕੀਤਾ ਜੀ ਤੁਹਾਡੀ ਜਿਹੜੀ ਆਪਣਾ ਫਰਮਾਇਸ਼ ਹੈ ਮਾਸ਼ਾਅੱਲਾ ਇਸ ਨੂੰ ਬੜੇ ਇਲਾਕਾ ਪਸੰਦ ਕੀਤਾ ਜੀ ਬਾਰੇ ਬਸ ਜੀ ਜੀ ਪਲ ਪਿਛਾ ਤੇ ਯਾਰ ਸਕਦੇ ਮਰੇ ਵਿਸਾਈ ਮਰ ਵਿਸਾਈ ਯਾਰ ਮਰ ਵਿਸਾਈ ਵੱਲ ਪਿਛਾ ਤੇ ਯਾਰ ਸਿੱਖਦੀ ਮਰ ਵਿਸਾਈ ਅੱਛਾ ਫਾਰ ਕੇ ਲਾਉਣਾ ਹੀ ਗਾਣਾ ਬਿਹਤਰ ਤੁਹਾਨੂੰ ਯਾਦ ਕੋਈ ਗੱਲ ਨਹੀਂ ਤੁਸੀਂ ਕਿਉਂ ਕੀਤੀ